ਗਾਗਾ ਚ ਪੁਲਿਸ ਮੁਲਾਜ਼ਮਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਹ ਕੈਂਪ SSP ਸੰਗਰੂਰ ਡਾਕਟਰ ਸੰਦੀਪ ਗਰਗ ਦੇ ਨਿਰਦੇਸ਼ਾਂ ਮੁਤਾਬਿਕ ਹਰ ਥਾਣੇ ਵਿੱਚ ਲਗਾਇਆ ਗਿਆ ਤੇ ਇਸ ਮੌਕੇ ਡਾਕਟਰਾਂ ਨੇ ਥਾਣਾ ਮੁਖੀ ਤੇ ਹੋਰ ਪੁਲਿਸ ਮੁਲਾਜ਼ਮਾਂ ਦਾ ਚੈੱਕਅਪ ਕੀਤਾ ਤੇ ਨਾਲ ਹੀ ਉਹਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ। ਜਿਹੜਾ ਮੈਡੀਕਲ ਕੈਂਪ ਹੈ ਇਹ ਸਾਡੇ ਮਾਨਯੋਗ SSP ਸਾਹਿਬ ਡਾਕਟਰ ਸੰਦੀਪ ਗਰਗ IPS ਸਾਹਿਬ ਉਹਨਾਂ ਦੀ ਇਹ ਸੋਚ ਹੈ ਕਿ ਜਿਹੜੀ ਉਹਨਾਂ ਦੀ ਫੋਰਸ ਹੈ ਕਰਮਚਾਰੀ ਨੇ ਸੁਆਰਡੀਨੇਟ ਆਫਿਸਰ ਨੇ ਉਹ ਜਿੰਨੀ ਡਿਊਟੀ ਕਰਦੇ ਆ ਉਹ ਡਿਊਟੀ ਨਾਲ ਨਾਲ ਆਪਣੀ ਸਿਹਤ ਦਾ ਵੀ ਜਿਹੜਾ ਖਿਆਲ ਰੱਖਣ ਅਤੇ ਸਿਹਤ ਜਿਹੜੀ ਹੈ ਉਹ ਉਹਨਾਂ ਦੀ ਤੰਦਰੁਸਤ ਰਹੇ ਇਹ ਉਹਨਾਂ ਦੀ ਸੋਚ ਹੈ SSP ਸਾਹਿਬ ਦੀ। ਉਹਨਾਂ ਦੀ ਇਸੇ ਸੋਚ ਤਹਿਤ ਹੀ ਉਹਨਾਂ ਦੀ ਡਾਇਰੈਕਸ਼ਨ 'ਤੇ ਸਾਡੇ ਪੁਲਿਸ ਨੇ ਸੰਗਰੂਰ ਵਿਖੇ ਜਿਹੜਾ ਸਰਕਾਰੀ ਹਸਪਤਾਲ ਹੈ ਉਹਨਾਂ ਦੇ ਡਾਕਟਰ ਇੰਚਾਰਜ SMO ਡਾਕਟਰ ਭਗਵਾਨ ਸਿੰਘ ਜੀ SSP ਸਾਹਿਬ ਦੀ ਹਦਾਇਤ 'ਤੇ ਸਪੈਸ਼ਲ ਤੌਰ 'ਤੇ ਸਬ ਡਿਵੀਜ਼ਨ 'ਤੇ ਥਾਣਾ ਥਾਣਾ ਜਾ ਕੇ ਆਪਣੀ ਡਾਕਟਰੀ ਟੀਮ ਨੂੰ ਨਾਲ ਲੈ ਕੇ ਥਾਣੇ ਦੇ ਵਿੱਚ ਮੁਲਾਜ਼ਮਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਵੱਖ ਵੱਖ ਬਿਮਾਰੀਆਂ ਬਾਰੇ ਸਮਝਾਉਂਦੇ ਨੇ, ਜਾਣਕਾਰੀ ਦਿੰਦੇ ਨੇ ਅਤੇ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਨੇ ਇੱਕ ਚਾਰਟ ਵੀ ਬਣਾਇਆ ਹੋਇਆ, ਉਹਦੇ ਬਾਰੇ ਵੀ ਜਾਣਕਾਰੀ ਡਿਟੇਲ ਨਾਲ ਮੁਲਾਜ਼ਮਾਂ ਨੂੰ ਦਿੰਦੇ ਨੇ ਅਤੇ ਨਾਲ ਨਾਲ ਜਿਹੜਾ ਹੈ ਸਾਰੀਆਂ ਬਿਮਾਰੀਆਂ ਦਾ ਉਹ ਮੈਡੀਕਲ ਜਾਂਚ ਕਰਕੇ ਉਹਨਾਂ ਨੂੰ ਮੈਡੀਸਨ ਲੈਣ ਲਈ ਵੀ ਐਡਵਾਈਸ ਕਰਦੇ ਨੇ। ਅਤੇ ਇਹ ਜਿਹੜਾ ਡਾਕਟਰ ਸਾਹਿਬ ਦਾ ਇੱਥੇ ਆ ਕੇ ਇਹ ਮੁਲਾਜ਼ਮਾਂ ਨੂੰ ਚੈੱਕ ਕਰਨਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ SSP ਸਾਹਿਬ ਦਾ ਵੀ ਮੈਂ ਸਾਰੇ ਮੁਲਾਜ਼ਮਾਂ ਲਹਿਰਾ ਥਾਣਾ ਲਹਿਰਾ ਸਾਡੇ ਸਾਰੇ ਮੁਲਾਜ਼ਮਾਂ ਵੱਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਬਹੁਤ ਹੀ ਵਧੀਆ ਜਿਹੜਾ ਇੱਕ ਸਟੈਪ ਲਿਆ ਮੁਲਾਜ਼ਮਾਂ ਦੀ ਤੰਦਰੁਸਤੀ ਵਾਸਤੇ। ਇਸ ਕੈਂਪ ਲਈ ਪੁਲਿਸ ਮੁਲਾਜ਼ਮਾਂ ਨੇ SSP ਸਾਹਿਬ ਦਾ ਧੰਨਵਾਦ ਵੀ ਕੀਤਾ। ਡਾਕਟਰ ਸੰਦੀਪ ਗਰਗ SSP ਸੰਗਰੂਰ ਜੀ ਦੀ ਜੋ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਸੰਗਰੂਰ ਦੇ ਸਾਰੀਆਂ ਸਬ ਡਿਵੀਜ਼ਨ ਦੇ ਵਿੱਚ ਮੈਡੀਕਲ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ। ਇਹ ਕੈਂਪ ਇਸ ਕਰਕੇ ਲਗਾਏ ਜਾ ਰਹੇ ਹਨ ਕਿ ਪਿਛਲੀ ਵਾਰੀ 2 ਮਹੀਨੇ ਪਹਿਲਾਂ ਜੋ ਸਲਾਨਾ ਮੈਡੀਕਲ ਹੋਇਆ, ਸਲਾਨਾ ਮੈਡੀਕਲ ਦੇ ਦੌਰਾਨ ਜਿਨ੍ਹਾਂ ਮੁਲਾਜ਼ਮਾਂ ਨੂੰ ਕੋਈ ਬਿਮਾਰੀ ਪਾਈ ਗਈ, ਜਿਸ ਤਰ੍ਹਾਂ ਕਿ ਬਲੱਡ ਸ਼ੂਗਰ, ਯੂਰਿਕ ਐਸਿਡ, ਕੋਲੈਸਟ੍ਰੋਲ ਜਾਂ ਲਿਵਰ ਦੀ ਕੋਈ ਪ੍ਰੋਬਲਮ ਆਈ ਜਾਂ ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਤਕਲੀਫ ਆ ਗਈ ਜਾਂ ਫਿਰ ਕੋਈ ਓਵਰਵੇਟ ਨੇ, ਉਹਨਾਂ ਨੂੰ ਫਾਲੋਅਪ ਕਰਨ ਵਾਸਤੇ ਸਾਰੀਆਂ ਸਬ ਡਿਵੀਜ਼ਨਾਂ ਦੇ ਵਿੱਚ ਅਸੀਂ ਕੈਂਪ ਲਗਾ ਰਹੇ ਹਾਂ। ਪਿੱਛੇ ਸਬ ਡਿਵੀਜ਼ਨ ਧੂਰੀ ਵਿਖੇ ਕੈਂਪ ਲਗਾਇਆ, ਅਮਰਗੜ੍ਹ ਲਗਾਇਆ ਅਤੇ ਅੱਜ ਅਸੀਂ ਇੱਥੇ ਸਬ ਡਿਵੀਜ਼ਨ ਲਹਿਰਾ ਵਿਖੇ ਪਹੁੰਚੇ ਹਾਂਗੇ। ਸਬ ਡਿਵੀਜ਼ਨ ਲਹਿਰਾ ਦੇ DSP ਸਾਹਿਬ ਸਰਦਾਰ ਬੂਟਾ ਸਿੰਘ ਇਹਨਾਂ ਨੇ ਸਾਨੂੰ ਬਹੁਤ ਵਧੀਆ ਸਹਿਯੋਗ ਦਿੱਤਾ, ਵਧੀਆ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਤਹੱਈਆ ਕਰਕੇ ਇੱਥੇ ਕੈਂਪ ਔਰਗਨਾਈਜ਼ ਕੀਤਾ ਹੈ। ਇਹਨਾਂ ਇਸ ਕੈਂਪ ਦੇ ਵਿੱਚ ਅਸੀਂ ਜਿਨ੍ਹਾਂ ਵਿਅਕਤੀਆਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਸ਼ੂਗਰ ਚੈੱਕ ਕਰਵਾਈ ਹੈ, ਬਲੱਡ ਪ੍ਰੈਸ਼ਰ ਚੈੱਕ ਕੀਤਾ ਹੈ। ਡਾਕਟਰ ਭਗਵਾਨ ਸਿੰਘ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਦਾ ਚੰਗੀ ਤਰ੍ਹਾਂ ਚੈੱਕਅਪ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਵੀ ਕੀਤਾ ਗਿਆ। ਲਹਿਰਾ ਗਾਗਾ ਤੋਂ ਗਗਨਦੀਪ ਦੀ ਰਿਪੋਰਟ, ਦੈਨਿਕ ਸਵੇਰਾ TV। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।